ਜਦੋਂ ਆਪਾਂ ਬਾਹਰਲੇ ਮੁਲਕ ਜਾਂਦੇ ਆ ਵਰਕ ਵੀਜ਼ਾ ਹੋਵੇ ਸਟੂਡੈਂਟ ਵੀਜ਼ਾ ਹੋਵੇ ਜਾਨਸਾਰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਮਨ ਕਰੇ ਜਦੋਂ 에ਰਪੋਰਟ ਤੋਂ ਚੜਦੇ ਆ ਨਾ ਉਦੋਂ ਹੀ ਬਸ ਕੁਝ ਚੀਜ਼ਾਂ ਉਹ ਦਿਲ ਜਾ ਘਾਉ ਘਾਉ ਕਰਨ ਲੱਗ ਜਾਂਦਾ ਉਤਰ ਕੇ ਫਿਰ ਜਹਾਜ਼ ਲੈਂਡ ਹੁੰਦਾ ਫਿਰ ਲੱਗਦਾ ਵੀ ਯਾਰ ਆਖ ਹੀ ਹੋ ਗਿਆ ਅੱਜ ਮੈਂ ਤੁਹਾਨੂੰ ਦੱਸ ਚੀਜ਼ਾਂ ਦੱਸਣੀ ਆ ਜਿਹੜੀਆਂ ਤੁਸੀਂ ਕਰ ਸਕਦੇ ਹੋ ਇੰਡੀਆ ਰਹਿੰਦੇ ਹੋਏ ਤੇ ਅਨਸਾਰ ਅਗਲੇ ਕੁਝ ਹਫ਼ਤਿਆਂ ਦੇ ਵਿੱਚ ਜਿਨ੍ਹਾਂ ਨਾਲ ਜਾਨ ਥੋੜੀ ਜੀ ਸੌਕੀ ਹੋ ਜਾਊਗੀ ਨਵੇਂ ਮੁਲਕ ਦੇ ਵਿੱਚ ਆ ਕੇ ਮੈਨੂੰ ਉਮੀਦ ਹੈ ਜੀ ਹੁਣ ਤੱਕ ਦਾ ਕੰਮ ਮੇਰਾ ਤੁਹਾਨੂੰ ਪਸੰਦ ਆ ਰਿਹਾ ਜੇ ਆ ਰਿਹਾ ਤੇਨੂੰ ਸ਼ੇਅਰ ਸਬਸਕ੍ਰਾਈਬ ਲਾਈਕ ਸਾਰ ਜਿਆਦਾ ਲੰਬਾ ਨਹੀਂ ਕਰਨਾ ਐਪੀਸੋਡ ਟੂ ਦੀ ਪੁਆਇੰਟ ਗੱਲ ਕਰਾਂਗੇ 10 ਚੀਜ਼ਾਂ ਦੀ ਗੱਲ ਕਰ ਰਹੀਆਂ ਜੀ ਸਭ ਤੋਂ ਪਹਿਲੀ ਚੀਜ਼ ਜਿਹੜੀ ਤੁਹਾਨੂੰ ਕਰਨੀ ਚਾਹੀਦੀ ਹੈ ਜਦੋਂ ਤੁਸੀਂ ਨਵੇਂ ਮੁਲਕ 'ਚ ਉਤਰ ਰਹੇ ਹੋ ਜਾਂ ਕੇ ਜਾਂ ਤੁਸੀਂ ਵੀਜ਼ਾ ਅਪਲਾਈ ਕਰਤਾ ਜਾਂ ਤੁਹਾਡੀ ਤਿਆਰੀ ਹੋ ਗਈ ਹੈ ਵੀ ਜਹਾਜ਼ ਚੜ੍ਹਨਾ ਹੈ ਸਭ ਤੋਂ ਪਹਿਲੀ ਚੀਜ਼ ਹੈ ਉੱਥੋਂ ਦੇ ਕਲਚਰ ਨੂੰ ਸਮਝਣਾ ਉੱਥੋਂ ਦੇ ਕਲਚਰ ਬਾਰੇ ਜਾਣਕਾਰੀ ਤੁਸੀਂ ਇੰਡੀਆ ਰਹਿੰਦੇ ਹੋਈ ਸ਼ੁਰੂ ਕਰ ਸਕਦੇ ਹੋ ਇੰਟਰਨੈਟ ਤੇ ਸਰਚ ਕਰੋ ਲੋਕਾਂ ਨੂੰ ਪੁੱਛੋ ਵਾਲਦੜ ਜਿਹੜੇ ਪਹਿਲਾਂ ਦੋਸਤ ਗਏ ਨੇ ਉਹਨਾਂ ਨੂੰ ਪੁੱਛੋ ਤੇ ਗੱਲ ਨੂੰ ਸੀਰੀਅਸ ਲਓ ਏ ਨਾ ਸਮਝੋ ਵੀ ਜਿਹੜਾ ਆਪਾਂ ਕਹਿ ਰਹੇ ਹਾਂ ਨਾ ਵੀ ਇਹ ਆਪ ਤਾਂ ਉੱਥੇ ਪਹੁੰਚ ਗਏ ਇਹਨੂੰ ਗੱਲਾਂ ਆਉਂਦੀਆਂ ਨੇ ਅਸੀਂ ਪਹੁੰਚ ਕੇ ਆ ਕਰ ਲਾਂਗੇ ਨਹੀਂ ਉਹਨਾਂ ਦੀ ਗੱਲ ਨੂੰ ਸਹੀ ਤਰੀਕੇ ਨਾਲ ਸਮਝੋ ਸੁਣੋ ਤੇ ਉਸ ਦੀ ਤਿਆਰੀ ਕਰੋ ਮੇਰੀ ਆਪਦੀ ਇੱਕ ਐਗਜ਼ਾਮਪਲ ਹੈਗੀ ਵੀ ਮੈਂ ਜਦੋਂ ਇੰਗਲੈਂਡ ਆਇਆ ਸੀ 2007 ਦੇ ਵਿੱਚ ਮੈਂ ਨਹੀਂ ਤਿਆਰੀ ਕਰੀ ਸੀ ਮੈਂਟਲੀ ਵੀ ਮੈਨੂੰ ਆਇਲਟ ਚੋਂ ਚਾਰਾਂ ਚੋਂ ਸੱਤੇ ਬੈਂਡ ਚਾਹੀਦੇ ਈਚ ਆਪ ਦਾ ਫਾਰਮਾਸਿਸਟ ਬਣਨ ਨੂੰ ਮੈਂ ਇੰਡੀਆ 1.5 ਸਾਲ ਖਰਾਬ ਕਰਿਆ ਤੇ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਸ਼ਾਇਦ ਮੇਰੀ ਤਿਆਰੀ ਹੁੰਦੀ ਸ਼ਾਇਦ ਮੈਂ 2 ਸਾਲ ਆਉਦੀ ਜ਼ਿੰਦਗੀ ਚ ਅੱਗੇ ਹੁੰਦਾ ਤਾਂ ਧਿਆਨ ਨਾਲ ਉਹਨਾਂ ਦੀ ਗੱਲ ਸੁਣਨੀ ਤੇ ਕਲਚਰ ਦੇ ਬਾਰੇ ਸਮਝਣਾ ਪੜਨਾ ਥੋੜਾ ਟਾਈਮ ਉਹਦੇ ਤੇ ਜ਼ਰੂਰ ਲਾਓ ਜੇ ਨਹੀਂ ਲਾਓਗੇ ਇਸ ਨਾਲ ਦਿੱਕਤ ਆ ਜਿਹੜੀ ਤੁਹਾਨੂੰ ਬਾਅਦ ਚ ਆਉਣੀ ਆ ਦੂਜੀ ਚੀਜ਼ ਬਹੁਤੇ ਆਪਣੇ ਚੋਂ ਬਾਹਰਲੇ ਮੁਲਕ ਜੜੇ ਨੇ ਆਪਾਂ ਇੰਗਲੈਂਡ ਕੈਨੇਡਾ ਆਸਟ੍ਰੇਲੀਆ ਇਹਨਾਂ ਕੰਟਰੀਆਂ 'ਚ ਹੀ ਜਾ ਰਹੇ ਹਾਂ ਇਸ ਟਾਈਮ ਤਾਂ ਅੰਗਰੇਜ਼ੀ ਤੇ ਆਪਦੀ ਪਕੜ ਜੜੀ ਉਹਨੂੰ ਸਟਰੋਂਗ ਕਰੋ ਅੰਗਰੇਜ਼ੀ ਸਿੱਖੋ ਇਹ ਨਾ ਹੱਸੋ ਨਾ ਸੋਚੋ ਵੀ ਕੋਈ ਚੱਕਰ ਨਹੀਂ ਉੱਥੇ ਬਥੇਰੇ ਪੰਜਾਬੀ ਨੇ ਹਾਂ ਬਥੇਰੇ ਪੰਜਾਬੀ ਨੇ ਪਰ ਜੇ ਚੰਗੀ ਜੌਬ ਕਰਨੀ ਚਾਹੁੰਦੇ ਹੋ ਫਿਊਚਰ ਦੇ ਵਿੱਚ ਵਧੀਆ ਕਰਨਾ ਚਾਹੁੰਦੇ ਹੋ ਤਾਂ ਇਹ ਮੰਨ ਕੇ ਚੱਲੋ ਵੀ ਅੰਗਰੇਜ਼ੀ ਸਿੱਖੇ ਬਿਨਾ ਗੁਜ਼ਾਰਾ ਨਹੀਂ ਆ ਤੇ ਇੰਗਲਿਸ਼ ਸਿੱਖਣ ਦੇ ਲਈ ਤੁਹਾਨੂੰ ਕੋਈ ਬਹੁਤੀ ਕੱਦੂ ਚ ਤੀਰ ਮਾਰਨ ਦੀ ਲੋੜ ਨਹੀਂ ਹੈਗੀ ਜੋ ਸਕੂਲ ਚ ਪੜਾਇਆ ਸੀ ਤੁਹਾਨੂੰ ਛੋਟੇ ਹੁੰਦਿਆਂ ਨੂੰ ਉਹੀ ਕਿਤਾਬਾਂ ਦੁਬਾਰੇ ਚੱਕ ਲਓ ਉਹੀ ਚੀਜ਼ਾਂ ਪਹਿਲਾਂ ਦੁਬਾਰੇ ਪੜ੍ਹ ਲਓ ਉਸ ਤੋਂ ਬਾਅਦ ਖਬਰਾਂ ਸੁਣਨ ਲੱਗ ਜਾਓ ਇੰਗਲਿਸ਼ ਉਸ ਤੋਂ ਬਾਅਦ Netflix ਇੰਗਲਿਸ਼ ਬਹੁਤ ਕੁਝ ਪਿਆ ਅਖਬਾਰ ਪੜ੍ਹ ਲਓ ਬਹੁਤ ਤਰੀਕੇ ਨੇ ਇੰਗਲਿਸ਼ ਸਿੱਖਣ ਦੇ ਪਰ ਇਹ ਨਾ ਸਮਝੋ ਵੀ ਬਿਨਾ ਇੰਗਲਿਸ਼ ਤੋਂ ਤੁਸੀਂ ਬਹੁਤ ਕੁਝ ਕਰ ਸਕਦੇ ਹੋ ਹਾਂ ਕਈ ਲੋਕ ਕਰ ਜਾਣਗੇ ਪਰ ਮੈਂਟਲ ਜਿਹੜਾ ਟਾਰਚਰ ਹੋਣਾ ਤੁਹਾਡਾ ਨਾ ਬਿਨਾ ਇੰਗਲਿਸ਼ ਤੋਂ ਉਹ ਬਹੁਤ ਜ਼ਿਆਦਾ ਹੈ ਤੇ ਤੁਹਾਨੂੰ ਉਹਦੀ ਲੋੜ ਨਹੀਂ ਹੈਗੀ ਤਾਂ ਦੂਜੀ ਚੀਜ਼ ਅੰ ਦੀ ਦੀ ਚੀਜ਼ ਰਹਿਣ ਵਾਸਤੇ ਸਹੀ ਜਗ੍ਹਾ ਦਾ ਹੋਣਾ ਬਹੁਤ ਜ਼ਰੂਰੀ ਹੈ ਜਦੋਂ ਬਾਹਰਲੇ ਮੁਲਕ ਜਾ ਕੇ ਆਪਾਂ ਸਹੀ ਕਮਰੇ ਨਹੀਂ ਲੈਂਦੇ ਸਹੀ ਰੂਮ ਨਹੀਂ ਲੈਂਦੇ ਸਹੀ ਬੰਦੇ ਨਹੀਂ ਆਪਾਂ ਨੂੰ ਲੱਭਦੇ ਪਹਿਲਾਂ ਜਿਹੜੀ ਪਰੇਸ਼ਾਨੀ ਇੱਕ ਬਾਹਰਲੇ ਮੁਲਕ ਕੰਟਰੀ ਚੇਂਜ ਦੀ ਉਹਦੇ ਉੱਤੇ ਹੋਰ ਐਡੀਸ਼ਨਲ ਪ੍ਰੈਸ਼ਰ ਆਪਾਂ ਨੂੰ ਬਣ ਜਾਂਦਾ ਤੇ ਇਸ ਚੀਜ਼ ਦੀ ਤਿਆਰੀ ਪਹਿਲਾਂ ਹੋਣੀ ਚਾਹੀਦੀ ਇਹ ਨਹੀਂ ਕਹਣਾ ਵੀ ਉੱਥੇ ਆਪਣਾ ਬਾਈ ਹੈਗਾ ਉਹ ਰੱਖ ਲਊਗਾ ਉੱਥੇ ਆਪਾਂ ਕਰ ਲਾਂਗੇ ਠੀਕ ਆ ਬਾਈ ਵੀ ਰੱਖ ਲਊਗਾ ਪਰ ਆਪਣੇ ਵੱਲੋਂ ਤੁਹਾਨੂੰ ਕਲੈਰਿਟੀ ਹੋਣੀ ਚਾਹੀਦੀ ਹੈ ਕਿ ਕਿਹੜੇ ਸ਼ਹਿਰ ਚ ਜਾਣਾ ਕਿਉਂ ਜਾਣਾ ਹੁਣ ਅੱਜ ਕੱਲ ਕੀ ਹੋ ਰਿਹਾ ਸਾਰੇ ਜਾਣੇ ਸਾਊਥ ਹਾਲ ਸਾਰੇ ਜਾਣੇ ਬਰਮਿੰਗਮ ਸਾਰੇ ਜਾਣੇ ਬ੍ਰੈਂਪਟਨ ਸਾਰੇ ਜਾਣੇ ਟੋਰਾਂਟੋ ਉਹੀ ਚੀਜ਼ ਹੋ ਰਹੀ ਹੈ ਨਾ ਸਮਝ ਕੇ ਚੱਲੋ ਵੀ ਉੱਥੇ ਲਿਵਿੰਗ ਕਾਸਟ ਕਿੰਨੀ ਹੈ ਸਮਝ ਕੇ ਚੱਲੋ ਵੀ ਜੇ ਕਿਤੇ ਹੋਰ ਜਾ ਸਕੀ ਜਿੱਥੇ ਖਰਚਾ ਘੱਟ ਹੋਵੇ ਰਹਿਣ ਦਾ ਕਿਵੇਂ ਦੀ ਜਗ੍ਹਾ ਤੇ ਰਹਿ ਸਕੀ ਅਤੇ ਕਿਵੇਂ ਕਰੀਏ ਤੇ ਆਪਣੇ ਜਿੱਥੇ ਰਹਿਣਾ ਉਹਨੂੰ ਸਾਫ਼ ਰੱਖਣਾ ਉਹ ਇੰਡੀਆ ਤੋਂ ਆਂਤ ਪਾਓ ਕਈ ਵਾਰੀ ਕੀ ਹੁੰਦਾ ਆਪਾਂ ਘਰੇ ਉੱਥੇ ਬੜ ਸਾਮ ਸੰਭਾਲ ਕੇ ਰੱਖਿਆ ਹੁੰਦਾ ਮਾਂ ਪਿਓ ਸਾਰਾ ਕੰਮ ਕਰ ਦਿੰਦੇ ਨੇ ਉੱ ਉੱਥੇ ਹੀ ਪਾ ਲੋ ਇਹਦਾ ਤੁਹਾਨੂੰ ਬਾਅਦ ਚ ਆ ਕੇ ਬਹੁਤ ਸੌਖਾ ਹੋਣਾ ਇਹ ਸਾਰੀਆਂ ਚੀਜ਼ਾਂ ਮੈਂ ਤੁਹਾਨੂੰ ਜਿਹੜਾ ਮੈਨੂੰ ਰੋਜ਼ ਰੋਜ਼ ਫੋਨ ਕਾਲ ਆਉਂਦੀਆਂ ਨੇ ਨਾ ਸਟੂਡੈਂਟਸ ਦੀਆਂ ਉਹਨਾਂ ਦੇ ਐਕਸਪੀਰੀਅੰਸ ਤੋਂ ਹੀ ਦੱਸ ਰਿਹਾ ਹਾਂ ਕੋਈ ਆਪਾਂ ਮਨੋ ਲਾਈਆਂ ਗੱਲਾਂ ਤੁਹਾਨੂੰ ਨਹੀਂ ਦੱਸ ਰਿਹਾ ਚੌਥੀ ਚੀਜ਼ ਗੁਰਦੁਆਰਾ ਸਾਹਿਬ ਤੁਹਾਡੇ ਨੇੜੇ ਕਿਹੜੇ ਕਿਹੜੇ ਨੇ ਜੇ ਤੁਸੀਂ ਸਿੱਖ ਧਰਮ ਨੂੰ ਨਹੀਂ ਬਿਲੋਂਗ ਕਰਦੇ ਤਾਂ ਵੀ ਤੁਸੀਂ ਗੁਰਦੁਆਰਾ ਸਾਹਿਬ ਜ਼ਰੂਰ ਦੇਖਣੇ ਨੇ ਵੀ ਤੁਹਾਡੇ ਨੇੜੇ ਕਿਹੜੇ ਕਿਹੜੇ ਨੇ ਕਿਉਂਕਿ ਉੱਥੋਂ ਤੁਹਾਨੂੰ ਜੋ ਸਪੋਰਟ ਮਿਲਣੀ ਹੈ ਉਹ ਆਉਣ ਸਾਰ ਤੁਹਾਨੂੰ ਹੋਰ ਕਿਤੋਂ ਨਹੀਂ ਮਿਲਣੀ हां ਉਥੇ ਕਈ ਵਾਰੀ ਗੁਰਦੁਆਰਾ ਹੈ ਜਿਵੇਂ ਨਾ ਜਿੱਥੇ ਕਮੇਟੀਆਂ ਨਹੀਂ ਸਟੂਡੈਂਟ ਨੂੰ ਪਸੰਦ ਕਰਦੀਆਂ ਪਰ ਸਟੂਡੈਂਟ ਸਟੂਡੈਂਟ ਨੂੰ ਤੇ ਬਹੁਤੇ ਲੋਕ ਬਹੁਤੀ ਸੰਗਤ ਸਟੂਡੈਂਟ ਨੂੰ ਜ਼ਰੂਰ ਪਸੰਦ ਕਰਦੀ ਆ ਤਾਂ ਗੁਰੂ ਘਰ ਲੱਭਣਾ ਨੇੜੇ ਕਿਹੜਾ ਤੇ ਪਹਿਲਾਂ ਹੀ ਉਸ ਦੇ ਬਾਰੇ ਸਮਝਣਾ ਉਸ ਦੇ ਬਾਰੇ ਜਾਣਨਾ ਤੇ ਆ ਕੇ ਉਥੇ ਪਹੁੰਚਣ ਦੀ ਕੋਸ਼ਿਸ਼ ਕਰਨੀ ਘਰ ਐਵੇਂ ਲੈਣਾ ਜਿੱਥੋਂ ਗੁਰੂ ਘਰ ਆਰਾਮ ਨਾਲ ਪਹੁੰਚ ਸਕੋ ਇਹ ਇੱਕ ਬਹੁਤ ਹੀ ਸਿੰਪਲ ਤੇ ਸੌਖਾ ਤਰੀਕਾ ਜਿਸ ਨਾਲ ਤੁਹਾਡੀ ਜਾਨ ਸੌਖੀ ਹੋਊਗੀ ਬਾਹਰਲੇ ਮੁਲਖ ਦੇ ਵਿੱਚ ਸਟਾਰਟਿੰਗ ਦੇ ਕੁਝ ਦਿਨ ਕੁਝ ਮਹੀਨੇ ਕਈਆਂ ਵਾਸਤੇ ਸਾਲ ਵੀ ਇਸ ਤੋਂ ਬਾਅਦ ਬੈਂਕ ਅਕਾਊਂਟ ਔਨਸਾਰ ਆਪਦਾ ਬੈਂਕ ਖਾਤਾ ਤੁਹਾਡਾ ਜਿਹੜੇ ਕੰਟਰੀ ਚ ਆਇਓ ਜਿੰਨੀ ਛੇਤੀ ਤੁਹਾਡੇ ਪ੍ਰੂਫ ਬਣ ਪਹਿਲਾਂ ਆਪਦੇ ਪ੍ਰੂਫ ਬਣਾਉਣੇ ਹੈਨਾ ਬਿਲ ਬੋਲ ਦਾ ਜੋ ਵੀ ਚਾਹੀਦਾ ਜੋ ਪ੍ਰੂਫ ਤੁਹਾਨੂੰ ਬੈਂਕ ਅਕਾਊਂਟ ਖੋਲਣ ਵਾਸਤੇ ਚਾਹੀਦਾ ਉਹ ਪ੍ਰੂਫ ਬਣਾਉਣੇ ਪਹਿਲਾਂ ਆਪਦਾ ਜੇ ਮੈਸ਼ਨਲ ਇੰਸ਼ੋਰੈਂਸ ਆਂਗਲੈਂਡ ਦੇ ਵਿੱਚ ਆ ਕੇ ਅਪਲਾਈ ਕਰਨਾ ਆਪਦਾ BRP ਕਾਰਡ ਲੈਣਾ ਹੈ ਕੈਨੇਡਾ ਦੇ ਵਿੱਚ ਸਾਰੇ ਕਾਗਜ਼ ਪੂਰੇ ਕਰਨੇ ਫਿਰ ਬੈਂਕ ਖਾਤਾ ਖੋਲਣਾ ਕਿਸੇ ਹੋਰ ਦੇ ਬੈਂਕ ਦੇ ਖਾਤੇ ਵਿੱਚ ਆਪਦੇ ਪੈਸੇ ਨਾ ਲਾਓ ਬਾਅਦ ਚੋਂ ਉੱਥੇ ਹੀ ਕੰਪਲਿਕੇਸ਼ਨ ਆਉਂਦੀਆਂ ਉਹਦੇ ਨਾਲ ਫਿਰ ਹੋਰ ਪਰੇਸ਼ਾਨੀ ਤੁਹਾਡੇ ਲਈ ਵਧੂਗੀ ਇਸ ਤੋਂ ਬਾਅਦ ਕੀ ਹੈ ਜੀ ਜਦੋਂ ਇਹ ਕਾਗਜ਼ ਪੱਤਰ ਤੁਸੀਂ ਪੂਰੇ ਕਰ ਲਏ ਲਾਇਸੈਂਸ ਅਪਲਾਈ ਕਰਨਾ ਬਹੁਤ ਹੀ ਇੰਪੋਰਟੈਂਟ ਚੀਜ਼ ਆ ਛੇਵੀਂ ਚੀਜ਼ ਲਾਇਸੈਂਸ ਕਦੇ ਵੀ ਨਹੀਂ ਸੋਚਣਾ ਲਾਇਸੈਂਸ ਬਣਾਉਣਾ ਥੋੜਾ ਸਰਜੂ ਮੁੰਡਾ ਚਾਹੇ ਕੁੜੀ ਆ ਦੋਨਾਂ ਵਾਸਤੇ ਕਾਮਨ ਕੇਸ ਆ ਰਹੇ ਨੇ ਮੇਰੇ ਕੋਲੇ ਬਾਰ-ਬਾਰ ਫੋਨ ਕਾਲ ਆਉਂਦੇ ਨੇਗੇ ਕੁੜੀ ਇੰਡੀਆ ਤੋਂ ਆਈ ਹੁੰਦੀ ਆ ਹਸਬੰਡ ਪਿੱਛੇ ਆ ਪਰ ਹੁਣ ਕੀ ਹੋਇਆ ਇੱਥੇ ਆ ਕੇ ਗੱਡੀ ਪਾਸ ਨਹੀਂ ਹੋਈ ਤਾਂ ਕਰਕੇ ਇੱਕ ਮੁੰਡਾ ਲਿਫਟ ਦੇਣ ਲੱਗਿਆ ਇਹ ਕਹਿੰਦੀ ਮੈਂ ਤੇਰਾ ਖਾਣਾ ਬਣਾ ਦੂੰ ਤੂੰ ਮੈਨੂੰ ਲਿਫਟ ਦੇ ਦੇ ਉਸ ਤੋਂ ਬਾਅਦ ਕੰਪਲਿਕੀਸ਼ਨਾਂ ਹੋ ਗਈਆਂ ਇਹਨਾਂ ਦੇ ਆਪਸ ਵਿੱਚ ਸੰਬੰਧ ਜੁੜਨ ਲੱਗੇ ਤੇ ਉਹ ਮੁੰਡਾ ਜਿਹੜਾ ਪਿੱਛੇ ਬੈਠਾ ਉਹ ਪਰੇਸ਼ਾਨ ਫਿਰ ਉਹ ਕੁੜੀ ਪਰੇਸ਼ਾਨ ਫਿਰ ਤੀਜਾ ਮੁੰਡਾ ਪਰੇਸ਼ਾਨ ਪਰ ਇਹ ਗਲਤੀ ਕੀ ਆ ਆਪਾਂ ਡਿਪੈਂਡੈਂਟ ਹੋ ਰਹੇ ਹਾਂ ਇੱਕ ਦੂਜੇ ਤੇ ਆਪਦੇ ਲਾਇਸੈਂਸ ਅਪਲਾਈ ਕਰੋ ਆਪਦੇ ਲਾਇਸੈਂਸ ਪਾਸ ਕਰੋ ਲਾਇਸੈਂਸ ਬਿਨਾ ਬਾਹਰਲੇ ਮੁਲਕ ਦੇ ਵਿੱਚ ਤੁਹਾਡੀ ਵੈਲਿਊ ਅੱਧੀ ਰਹਿ ਜਾਂਦੀ ਆ ਕਿੰਨੇ ਸੀਵੀ ਨੇ ਜਿਹਦੇ ਵਿੱਚ ਸਕੋਰਿੰਗ ਹੁੰਦੀ ਆ ਮੈਂ ਆਪ ਮੇਰੇ ਕੋਲੇ 5-600 ਬੰਦਾ ਕੰਮ ਕਰਦਾ ਇਕੱਠਾ ਹਾਂ ਤੇ ਸੀਵੀ ਦੇ ਵਿੱਚ ਸਕੋਰਿੰਗ ਉਹ ਜੇ ਬੰਦੇ ਕੋਲ ਲਾਇਸੈਂਸ ਹੈਗਾ ਜਾਂ ਜੌਬ ਦੇ ਵਿੱਚ ਲਾਇਸੈਂਸ ਦੀ ਲੋੜ ਆ ਤੁਹਾਨੂੰ ਪੁਆਇੰਟ ਜ਼ਿਆਦਾ ਮਿਲਦੇ ਵੈਸੇ ਵੀ ਬੰਦੇ ਦੇ ਲਾਇਸੈਂਸ ਹੋਇਆ ਨਾ ਸੀਵੀ ਦੇਖ ਕੇ ਅਗਲਾ ਕਹਿੰਦਾ ਵੀ ਹਾਂ ਇਹ ਬੰਦਾ ਕੰਮਦਾ ਇਹ ਕੁਝ ਕਰ ਸਕਦਾ ਹੈ ਨਾ ਤਾਂ ਸੀ ਵੀ ਬਹੁਤ ਹੀ ਜ਼ਰੂਰੀ ਹੈ ਸੌਰੀ ਲਾਇਸੈਂਸ ਬਹੁਤ ਹੀ ਜ਼ਰੂਰੀ ਹੈ ਨਾਲ ਸੀ ਵੀ ਵੀ ਜ਼ਰੂਰੀ ਹੈ ਹੈਨਾ ਇਸ ਤੋਂ ਅਗਲੀ ਚੀਜ਼ ਲੋਕਲ ਟਰਾਂਸਪੋਰਟ ਸਿਸਟਮ ਨੂੰ ਸਮਝਣਾ ਲੰਡਨ ਚ ਰਹਨੇ ਨੂੰ ਟਿਊਬ ਦੀ ਸਮਝ ਆਉਣੀ ਚਾਹੀਦੀ ਹੈ ਪੂਰੀ ਲੈਸਟਰ ਚ ਰਹਨੇ ਜੋਥੇ ਮੈਂ ਰਹਣਾ ਤੁਹਾਨੂੰ ਪਤਾ ਵੀ ਇੱਥੇ ਬੱਸਾਂ ਤੁਹਾਨੂੰ ਕਿਤੇ ਨਹੀਂ ਲੈ ਕੇ ਜਾਂਦੀਆਂ ਤੁਹਾਨੂੰ ਸਾਈਕਲ ਵੀ ਲੈਣਾ ਪੈ ਸਕਦਾ ਸ਼ੁਰੂ ਦੇ ਵਿੱਚ ਕਿੱਥੇ ਕਰ ਲਵਾਂ ਜਿੱਥੋਂ ਬੱਸਾਂ ਦਾ ਨੈਟਵਰਕ ਬਣਦਾ ਹੋਵੇ ਇਹ ਚੀਜ਼ ਪਹਿਲਾਂ ਸਮਝਣ ਦੀ ਹੈ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਣਾ ਬਹੁਤ ਜਵਾਕ ਹਜੇ ਵੀ ਟੈਕਸੀ ਲੈਂਦੇ ਨੇ 5-500 ਪੌਂਡ ਖਰਚ ਦਿੰਦੇ ਨੇ ਟੈਕਸੀ ਤੇ ਟ੍ਰੇਨ ਬਹੁਤ ਆਸਤੀਆਂ ਨੇ ਹਨਾ ਸਬਰ ਕਰੋ ਪੈਸੇ ਆਪ ਦੇ ਇਸ ਤਰੀਕੇ ਨਾਲ ਕਦੇ ਵੀ ਖਰਾਬ ਨਾ ਕਰੋ ਕਿਉਂਕਿ ਇਹ ਪੈਸਾ ਬਹੁਤ ਹਾਰਡ ਬਣਦਾ ਹੈ ਉਥੋਂ ਤੁਸੀਂ 2-4 ਹਜ਼ਾਰ ਪਾਉਂਡ ਜਿਹੜਾ ਲੈ ਕੇ ਆਏ ਹੋ ਜਿਉਂ ਚੋ 5-500 ਟੈਕਸੀਆਂ ਤੇ ਲਾਤਾ ਨਾ ਫਿਰ ਬਾਅਦ ਚੋਂ ਤੰਗ ਹੋਵੋਗੇ ਤਾਂ ਬਹੁਤ ਹੀ ਜ਼ਰੂਰੀ ਹੈ ਲੋਕਲ ਟਰਾਂਸਪੋਰਟ ਸਿਸਟਮ ਨੂੰ ਸਮਝਣਾ ਇੱਕ ਲੈਪਟਾਪ ਤੁਹਾਡੇ ਕੋਲੇ ਹੋਣਾ ਬਹੁਤ ਜ਼ਰੂਰੀ ਹੈ ਉਹ ਕਾਦੇ ਵਾਸਤੇ ਤਾਕਿ ਤੁਸੀਂ ਜੌਬਾਂ ਬਾਰੇ ਸਮਝ ਸਕੋ ਰਿਸਰਚ ਕਰ ਸਕੋ ਜੌਬ ਕਿਵੇਂ ਲੱਭਣੀ ਹੈ ਮੈਂ ਦੀ ਐਗਜ਼ਾਮਪਲ ਦੇਣਾ ਇੱਕ ਹੈਨਾ ਇੱਕ ਕੁੜੀ ਆ ਹੁਣ ਮੇਰੇ ਬਹੁਤ ਜਾਣਕਾਰ ਹੈ ਮੇਰੀ ਤੇ ਰੇਡੀਓ ਤੇ ਕੰਮ ਕਰਦੀ ਐ ਇਸ ਟਾਈਮ ਐਨਸੀਐਸ ਦੇ ਵਿੱਚ ਬਹੁਤ ਵੱਡੀ ਜੌਬ ਤੇ ਆ ਉਹ ਜਦੋਂ ਪਹਿਲੇ ਦਿਨ ਇੰਗਲੈਂਡ ਆਈ ਸੀ ਉਹਨੇ ਆ ਕੇ ਆਪਣੇ ਆਲੇ ਜਿੰਨੇ ਕੇਅਰ ਹੋਮ ਸੀ ਸਾਰਿਆਂ ਦੀ ਲਿਸਟ ਬਣਾਈ ਸਾਰਿਆਂ ਨੂੰ ਖੁਦ ਫੋਨ ਕਾਲ ਕੀਤੀ ਕਹਿੰਦੇ 40 ਕੇਅਰ ਹੋਮ ਨੂੰ ਮੈਂ ਫੋਨ ਕਾਲ ਕੀਤੀ ਉਹਨਾਂ ਚੋਂ ਇੱਕ ਕਹਿੰਦਾ ਆ ਜਾ ਤੇ ਜੌਬ ਮਿਲ ਗਈ ਸੀ ਇਹ ਨਾ ਕਹੋ ਸਾਰਾ ਦਿਨ ਮੈਨੂੰ ਡੀਐਮ ਕਰਕੇ ਜਾਂ ਕਿਸੇ ਹੋਰ ਨੂੰ ਬਾਈ ਜੌਬ ਦਵਾ ਦੇ ਇਹ ਪੁੱਛਿਆ ਕਰੋ ਬਾਈ ਜੌਬ ਲੱਭੀਏ ਕਿੱਥੇ ਕਿਹੜੀਆਂ-ਕਿਹੜੀਆਂ ਵੈਬਸਾਈਟਾਂ ਨੇ ਕਿੱਥੇ ਜਾਈਏ ਕੀ ਲਿਖੀਏ ਉਹਦੇ ਵਾਸਤੇ ਸੀਵੀ ਬਣਾਉਣਾ ਬਹੁਤ ਜ਼ਰੂਰੀ ਆ ਇੰਡੀਆ ਬੈਠੇ ਵੀ ਤੁਸੀਂ ਬਾਹਰਲੇ ਤਰੀਕੇ ਦੇ ਸੀਵੀ ਦੇਖੋ ਲੋਕਾਂ ਦੇ ਕਿਵੇਂ ਬਣੇ ਹੋਏ ਨੇ ਕਿਹੜਾ ਐਕਸਪੀਰੀਅੰਸ ਤੁਹਾਨੂੰ ਇੰਡੀਆ ਤੋਂ ਲੈਣਾ ਚਾਹੀਦਾ ਉਹ ਚੀਜ਼ ਦੀ ਨੌਲੇਜ ਪਹਿਲਾਂ ਲੈ ਕੇ ਆਓ ਉਹਦੇ ਨਾਲ ਜ਼ਿੰਦਗੀ ਸੌਖੀ ਹੋਊਗੀ ਰਾਹ ਸੌਖਾ ਹੋਊਗਾ ਉਸ ਤੋਂ ਬਾਅਦ ਆਪਣਾ ਨੈਟਵਰਕ ਗਰੋ ਕਰੋ ਬਾਹਰ ਆ ਕੇ ਉਹਨਾਂ ਲੋਕਾਂ ਨਾਲ ਦੋਸਤੀ ਪਾਓ ਉਹਨਾਂ ਲੋਕਾਂ ਨਾਲ ਕਨੈਕਸ਼ਨ ਬਣਾਓ ਜਿਹੜੇ ਤੁਹਾਤੋਂ ਅੱਗੇ ਨੇ ਜਿਹੜੇ ਉਹ ਅਚੀਵ ਕਰ ਚੁੱਕੇ ਨੇ ਜੋ ਤੁਸੀਂ ਕਰਨਾ ਚਾਹੁੰਦੇ ਹੋ ਨਾ ਕਿ ਉਹਨਾਂ ਲੋਕਾਂ ਨਾਲ ਜਿਨ੍ਹਾਂ ਨੇ ਗੱਡੀਆਂ ਲੈ ਲੈਣੀਆਂ ਲੋਨ ਤੇ ਨਾ ਕਿ ਉਹਨਾਂ ਲੋਕਾਂ ਨਾਲ ਜਿਨ੍ਹਾਂ ਨੇ ਖਰਚੇ ਕਰਨੇ ਪੈਸੇ ਖਰਾਬ ਕਰਨੇ ਖਟਣਾ ਕੁਛ ਨਹੀਂ ਉਹਨਾਂ ਤੋਂ ਤੁਹਾਨੂੰ ਕੁਝ ਵੀ ਅਚੀਵ ਨਹੀਂ ਹੋਣਾ ਤਾਂ ਤੁਸੀਂ ਉਹਨਾਂ ਨਾਲ ਕਦੇ ਵੀ ਯਾਰੀ ਨਾ ਪਾਓ ਬਾਹਰ ਆ ਕੇ ਮਿਹਨਤੀ ਬੰਦੇ ਨਾਲ ਅਗਾਹ ਵਧੂ ਬੰਦੇ ਨਾਲ ਉਹਨਾਂ ਨਾਲ ਆਪਦੇ ਕਨੈਕਸ਼ਨ ਬਣਾਓ ਇਹਦੇ ਲਈ ਗੁਰੂ ਘਰ ਬੈਸਟ ਜਗ੍ਹਾ ਤੁਹਾਡੇ ਲਈ ਉਥੋਂ ਕੰਮ ਸ਼ੁਰੂ ਕਰੋਗੇ ਆਪਦੇ ਆਪ ਹੀ ਅੱਗੇ-ਅੱਗੇ ਤੁਹਾਡਾ ਰਸਤਾ ਸਹੀ ਬਣਦਾ ਜਾਊਗਾ ਆਖਰੀ ਟਿਪ ਸਬਰ ਬਾਹਰ ਆ ਕੇ 2-4 ਸਾਲ 5 ਸਾਲ ਲੱਗਦੇ ਨੇ ਸੈੱਟ ਹੋਣ ਨੂੰ ਠੀਕ ਆ ਜੇ ਹਫ਼ਤਾ ਦੋ ਹਫ਼ਤਾ ਮਹੀਨਾ ਦੋ ਮਹੀਨੇ 6 ਮਹੀਨੇ ਸਾਲ ਔਖਾ ਹੋ ਗਿਆ ਨਾ ਇਹ ਨਾ ਸਮਝੋ ਮੁੜ ਜੀਏ ਡਟੇ ਰਹੋ ਇਹ ਮੁਲਕ ਹੈ ਜਿਹਨੇ ਇੱਥੇ ਤਰੱਕੀ ਹੋਣੀ ਹੋਣੀ ਆ ਬਸ ਮਿਹਨਤ ਕਰਦੇ ਰਹੋ ਤੇ ਜੜੀਆਂ ਮੈਂ ਚੀਜ਼ਾਂ ਦੱਸੀਆਂ ਨਾ ਧਿਆਨ ਦਿਓ ਲਾਸਟ ਟਿਪ ਜਿਹੜੀ ਮੈਂ ਪਹਿਲਾਂ ਵੀ ਕਿਹਾ ਸੀ ਵੀ ਬਣਾਉਣਾ ਬਹੁਤ ਜ਼ਰੂਰੀ ਆ ਇੱਕ ਦਿਨ ਆਪਾਂ ਫ੍ਰੀ ਸੈਸ਼ਨ ਜ਼ਰੂਰ ਕਰਾਂਗੇ ਸੀਵੀ ਤੇ ਸਾਰਿਆਂ ਵਾਸਤੇ ਪਰ ਆਪਦਾ ਸੀਵੀ ਕਲਾਸ ਹੋਣਾ ਬਹੁਤ ਜ਼ਰੂਰੀ ਆ ਸ਼ੁਰੂ ਚ ਤੁਹਾਨੂੰ ਦੇਸੀਆਂ ਦੇ ਜਵਾਬਾ ਮਿਲ ਜਾਣਗੇ ਪਪੈ ਸਭੀ ਉਹ ਹੀ ਦੰਦ ਨੇ ਜਿਹੜੇ ਦੰਦ ਨੇ ਤੁਹਾਨੂੰ ਫਸਾ ਕੇ ਵੀ ਰੱਖਣਗੇ ਜੇ ਤੁਸੀਂ ਮੇਨ ਸਟ੍ਰੀਮ ਚਾਹਣਾ ਜਿਵੇਂ ਮੈਂ ਆਇਆ ਜੇ ਤੁਸੀਂ ਵੱਡੀਆਂ ਕੰਪਨੀਆਂ ਚ ਕੰਮ ਕਰ ਰਹੇ ਨੇ ਆਪਣਾ ਬਿਜ਼ਨਸ ਵੱਡਾ ਕਰਨਾ ਤੁਹਾਨੂੰ ਇਹ ਚੀਜ਼ਾਂ ਕਰਨੀਆਂ ਪੈਣੀਆਂ ਹੈ ਹਿੰਮਤ ਕਰਨੀ ਪੈਣੀ ਤੇ ਡਾਟੇ ਰਹਿਣਾ ਇੱਕ ਦੂਜੇ ਨੂੰ ਯਾਦ ਕਰਾਉਣਾ ਵੀ ਡਾਟੇ ਰਹੋ ਕੋਈ ਚੱਕਰ ਨਹੀਂ 6 ਮਹੀਨੇ ਸਾਲ 60 70 ਸਾਲ 80 ਸਾਲ ਦੀ ਜ਼ਿੰਦਗੀ ਚ ਕੋਈ ਵੱਡੀ ਗੱਲ ਨਹੀਂ ਹੁੰਦੀ ਤਾਂ ਆਪਦੇ ਆਪ ਕਾਮਯਾਬੀ ਤੁਹਾਡੇ ਕੋਲ ਆਊਗੀ ਸਾਰੇ ਸਟੈਪ ਜਿਹੜੇ ਮੈਂ ਤੁਹਾਨੂੰ ਦੱਸੇ ਨੇ ਇਹਨਾਂ ਨੂੰ ਫੋਲੋ ਕਰੋ ਮੈਂ ਗਰੰਟੀ ਦਿੰਦਾ ਜ਼ਿੰਦਗੀ ਸੌਖੀ ਹੋਊਗੀ